ਪੰਜਾਬ 9 ਦੇ ਇਸ ਭਾਗ ਵਿੱਚ ਆਪ ਸਭ ਦਾ ਫਿਰ ਤੋਂ ਸਵਾਗਤ ਹੈ। ਪਿਛਲੇ ਦਿਨੀ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤਬਾਦੁਰਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਪੁਲਿਸ ਵੱਲੋਂ ਨਜਾਇਜ਼ ਤੌਰ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਧਰਨੇ ਅਤੇ ਰੋਸ਼ ਮੁਜ਼ਾਰੇ ਕੀਤੇ। ਆਖਿਰਕਾਰ ਬਦਲ ਸਰਕਾਰ ਨੇ ਝੁਕਦਿਆਂ ਹੋਇਆਂ ਇਸ ਦੇ ਉੱਪਰ ਸੀਬੀਆਈ ਜਾਂਚ ਦੀ ਇਨਕੁਆਰੀ ਕਰਾਉਣ ਦੀ ਗੱਲ ਕੀਤੀ ਹੈ। ਇਸ ਸੀਬੀਆਈ ਜਾਂਚ ਦੇ ਉੱਪਰ ਪੰਜਾਬ ਦੇ ਸਿੱਖਾਂ ਅਤੇ ਦੇਸ਼ ਵਿਦੇਸ਼ ਦੇ ਸਿੱਖਾਂ ਵੱਲੋਂ ਵੱਖਰੀਆਂ-ਵੱਖਰੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਆਓ ਗੱਲਬਾਤ ਸੁਣਦੇ ਹਾਂ ਭਾਈ ਮੋਹਕਮ ਸਿੰਘ ਹੁਣਾਦੀ ਉਹਨਾਂ ਦੀ ਕੀ ਪ੍ਰਤੀਕਿਰਿਆ ਹੈ ਪੰਜਾਬ ਦੇ ਵਿੱਚ ਇਸ ਮੁੱਦੇ ਉੱਪਰ ਸੀਬੀਆਈ ਜਾਂਚ ਦੀ ਦੇਖੋ ਕੱਲ ਪੰਜਾਬ ਕੈਬਨਿਟ ਨੇ ਇੱਕ ਮਤਾ ਪਾਸ ਕੀਤਾ ਕਿ ਬਰਗਾੜੀ ਪਿੰਡ ਤੇ ਦੋ ਹੋਰ ਥਾਵਾਂ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵਿਦਵੀ ਹੋਈ ਹੈ ਇਹ ਉਹ ਸਬੰਚ ਹੈ ਸੀਬੀਆਈ ਅੱਗੇ ਜਾਂਚ ਦੇ ਰਿਹਾ ਹੈ ਅਸੀਂ ਸਮਝਦੇ ਹਾਂ ਕਿ ਜਾਂਚ ਬਿਲਕੁਲ ਅਧੂਰੀ ਤੇ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਵਾਲੀ ਹੈ। ਧਾਰਾਸਲ ਜਾਂਚ ਦੇ ਵਿੱਚ ਬਰਗਾੜੀ ਪਿੰਡ ਗੁਰੂਗ੍ਰੰਥ ਸਾਹਿਬ ਦੀ ਬੇਦਵੀ ਗੁਰੂਗ੍ਰੰਥ ਸਾਹਿਬ ਦਾ ਅਗਵਾ ਹੋਣਾ ਉਸ ਤੋਂ ਪ੍ਰੰਤ ਸੰਤਾਂ ਮਹਾਂਪੁਰਖਾਂ ਤੇ ਪ੍ਰਚਾਰਕਾਂ ਵੱਲੋਂ ਧਰਨਾ ਦੇ ਕੇ ਬੈਠਣਾ ਅਤੇ ਇਸ ਤੋਂ ਬਾਅਦ ਉਹਨਾਂ ਉੱਤੇ ਲਾਠੀ ਚਾਰਜ ਤੇ ਜੋ ਪਾਣੀ ਦੀਆਂ ਬਿਛਾੜਾਂ ਤੇ ਹੋਰ ਸਰਕਾਰ ਨੇ ਧੱਕਾਸ਼ਾਹੀ ਕੀਤੀ ਉਹ ਇਸ ਤੋਂ ਬਾਅਦ ਬੈਬਲ ਕਲਾਂ ਵਿੱਚ ਸਰਕਾਰ ਨੇ ਬਿਲਕੁਲ ਸ਼ਾਂਤ ਬੈਠੇ ਬੰਦਿਆਂ ਦੇ ਉੱਤੇ ਜਾ ਕੇ ਗੋਲੀਆਂ ਚਲਾ ਕੇ ਬੰਦੇ ਮਾਰ ਦਿੱਤੇ ਬਹੁਤ ਸਾਰੇ ਜ਼ਖਮੀ ਕਰ ਦਿੱਤੇ ਔਰ ਇਹ ਜਿਹੜੀ ਸਾਰੀ ਸਥਿਤੀ ਵਾਪਰੀ ਹੈ ਇਹ ਸਾਰਾ ਕੁਝ ਜਿਹੜਾ ਹੈ ਇਹ ਸੀਬੀਆਈ ਜਾਂਚ ਨੂੰ ਜਾਣਾ ਚਾਹੀਦਾ ਇਹਦੇ ਨਾ ਤਾਂ ਉਹ ਜਿਹੜੇ ਦੋ ਲੜਕੇ ਫੜੇ ਨੇ ਉਹਨਾਂ ਨੂੰ ਉਸ ਜਾਂਚ ਦਿੱਤਾ ਗਿਆ ਨਾ ਬੈਬਲ ਕਲਾਂ ਜਿੱਥੇ ਬੰਦੇ ਮਾਰੇ ਗਏ ਉਹ ਜ਼ਿਕਰ ਕੀਤਾ ਗਿਆ ਨਾ ਇਸੇ ਤਰ੍ਹਾਂ ਸਰਕਾਰ ਨੇ ਜਿਹੜਾ ਮਹਾਪੁਰਖਾਂ ਦੇ ਤੇ ਧਰਮ ਪ੍ਰਚਾਰ ਦੇ ਉੱਤੇ ਜਿਹੜਾ ਧੱਕਾ ਕੀਤਾ ਬਾਣੀ ਪੜਦਿਆਂ ਤੇ ਨਾ ਉਹ ਹੀ ਸੀਬੀਆਈ ਨੂੰ ਦਿੱਤਾ ਗਿਆ ਸੋ ਇਹ ਜਾਂਚ ਅਧੂਰੀ ਰਹੀ ਗਈ ਇਹ ਜਾਂਚ ਸੱਚਾਈ ਦੇ ਆਧਾਰਤ ਨਹੀਂ ਹੈ ਇਸ ਲਈ ਇਹ ਸਾਰਾ ਕੇਸ ਜਿਹੜਾ ਇਹ ਉਥੋਂ ਦਾ ਜਿਹੜਾ ਫਰੀਦਕੋਟ ਜ਼ਿਲ੍ਹੇ 'ਚ ਵਾਪਰਿਆ ਹੈ ਖਾਸ ਤੌਰ ਤੇ ਕੋਟਕਪੂਰਾ ਤਹਿਸੀਲ 'ਚ ਜੋ ਵਾਪਰੀਆਂ ਘਟਨਾਵਾਂ ਨੇ ਇਹ ਸਾਰੀਆਂ ਸੀਬੀਆਈ ਨੂੰ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਸੱਚ ਜਿਹੜਾ ਹੈ ਉਹ ਨਿਕੜ ਕੇ ਸਾਹਮਣੇ ਆਵੇ ਤੇ ਜੇ ਅਸਲ ਦੋਸ਼ੀ ਗੁਰੂ ਸਾਹਿਬ ਦੀ ਬੇਦਵੀ ਕਰਨ ਵਾਲੇ ਸਤਗੁਰਾਂ ਦਾ ਸਰੂਪ ਅਗਵਾ ਕਰਨ ਵਾਲੇ ਤੇ ਉਸ ਤੋਂ ਬਾਅਦ ਸਰਕਾਰ ਵੱਲੋਂ ਗੋਲੀ ਚਲਾ ਕੇ ਤੇ ਜੋ लाठी चार्ज ਕਰਕੇ ਇਹ ਸਾਰਾ ਕੇਸ ਜਿਹੜਾ ਸਾਹਮਣੇ ਆਉਣਾ ਚਾਹੀਦਾ ਔਰ ਜਿਹੜੇ ਬੰਦੇ ਫੜੇ ਉਹਨਾਂ ਦੀ ਸੱਚਾਈ ਵੀ ਸਾਹਮਣੇ ਆਣੀ ਚਾਹੀਦੀ ਹੈ। ਦੇਖੋ ਜੀ ਅੱਗੇ ਵੀ ਕਈ ਵਾਰ ਸਿੱਖਾਂ ਨੇ ਦਿਵਾਲੀ ਕਾਲੀ ਬਣਾਈ ਹੈ ਜਦੋਂ ਵੀ ਕੋਈ ਦੁਖਦਾਈ ਘਟਨਾ ਹੁੰਦੀ ਹੈ ਜਾਂ ਪੰਥ ਦੇ ਉੱਤੇ ਕੋਈ ਛੱਟ ਪੈਂਦੀ ਹੈ। ਐਸ ਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਹੁਤ ਬੇਅਦਬੀ ਹੋਈ ਹੈ। ਤੇ ਉਸ ਤੋਂ ਬਾਅਦ ਸਰਕਾਰ ਵੱਲੋਂ ਸਿੱਖਾਂ ਦੇ ਉੱਤੇ ਬਹੁਤ ਅਤਿਆਚਾਰ ਤੇ ਜ਼ੁਲਮ ਹੋਇਆ ਇਸ ਦੇ ਦੁੱਖ ਵਜੋਂ ਤੇ ਰੋਸ ਵਜੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਵਜੋਂ ਸਿੱਖ ਪੰਥ ਨੂੰ ਖਾਲਸਾ ਪੰਥ ਵੱਲੋਂ ਬਰਗਾੜੀ ਵਿੱਚ 25 ਤਰੀਕ ਨੂੰ ਇੱਕ ਸੱਦਾ ਦਿੱਤਾ ਗਿਆ ਸੀ ਕਿ ਸਿੱਖ ਜਿਹੜੇ ਆ ਉਹ ਕਾਲੀ ਦੀਵਾਲੀ ਮਨਾਉਣ ਸੋ ਇਸ ਲਈ ਬੇਨਤੀ ਹੈ ਕਿ ਆਤਿਸ਼ਬਾਜੀ ਵਗੈਰਾ ਇਹ ਜਰੀਆਂ ਨਾ ਕਰਤੀਆਂ ਜਾਣ ਤੇ ਕਾਲੀ ਦੀਵਾਲੀ ਮਨਾ ਕੇ ਸਿੱਖ ਰੋਸ ਜਿਹੜਾ ਉਸ ਦਾ ਪ੍ਰਗਟਾਵਾ ਕਰਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਤਕਾਰ ਪੇਟਾ ਕਰਨ ਇੱਕ ਅਸੀਂ ਦਿਵਾਲੀ ਵਾਲੇ ਮਾਮਲੇ 'ਚ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਉਸ ਦਿਨ ਲੋਕ ਦੀਵੇ ਜਗਾਉਣ ਦੀ ਥਾਂ ਤੇ ਆਪਣੇ ਘਰਾਂ 'ਤੇ ਕਾਲੀਆਂ ਝੰਡੀਆਂ ਲਾਉਣ ਤੇ ਆਪਣਾ ਰੋਸ ਪ੍ਰਗਟ ਕਰਨ ਇਹ ਅਸੀਂ ਅਸੀਂ ਨਹੀਂ ਇਕੱਲੇ ਕਹਿ ਰਹੇ ਸਮੂਹ ਜਥੇਬੰਦੀਆਂ ਨੇ ਤੇ ਖਾਲਸਾ ਪੰਥ ਨੇ ਬਰਗਾੜੀ ਵਿੱਚ ਬਹੁਤ ਵੱਡਾ ਇਕੱਠ ਕਰਕੇ ਫੈਸਲਾ ਕੀਤਾ ਤੇ ਐਲਾਨ ਕੀਤਾ ਸੀ ਜਿਸ ਬਾਬੇ ਢੱਡਰੀਆਂ ਵਾਲੇ ਵੀ ਭਾਈ ਪੰਥ ਪ੍ਰੀਤ ਸਿੰਘ ਬਾਬਾ ਦਲੇਰ ਸਿੰਘ ਜੀ ਜੈਦਰ ਮਰੀਕ ਸਿੰਘ ਜੀ ਮਾਨ ਸਰ ਔਰ ਇਸੇ ਤਰ੍ਹਾਂ ਵਕਫਾ ਜਥੇਬੰਦੀਆਂ ਯੂਨਾਈਟਿਡ ਕਾਲੀ ਦਾਲ ਦਲ ਜਿੰਨੀਆਂ ਵੀ ਜਥੇਬੰਦੀਆਂ ਉੱਥੇ ਪਹੁੰਚੀਆਂ ਸੀ ਉਹਨਾਂ ਸਾਰਿਆਂ ਨੇ ਮਤਲਬ ਕੇ ਅਪੀਲ ਕੀਤੀ ਸੀ ਸਾਡੀ ਬੇਨਤੀ ਹੈ ਕਿ ਸਮੁੱਚੇ ਤੌਰ ਤੇ ਖਾਸਾ ਪੰਥ ਇਸ ਬੇਨਤੀ ਨੂੰ ਪ੍ਰਵਾਨ ਕਰੇ ਕਾਲੀਆਂ ਝੰਡੀਆਂ ਲਾਵੇ ਕਾਲੀ ਦੀਵਾਲੀ ਮਨਾਵੇ ਉਸ ਦਿਨ ਪਟਾਕੇ ਵਗੈਰਾ ਜਿਹੜੇ ਨਾਜਾਇਜ਼ ਆ ਜਾਣ ਇਹ ਸਾਡੀ ਸਾਰੀ ਸੰਗਤ ਨੂੰ ਬੇਨਤੀ ਹੈ ਦੂਸਰੀ ਬੇਨਤੀ ਹੈ ਕਿ ਕੁਝ ਵੀਰ ਕਹਿ ਰਹੇ ਸੀ ਕਿ ਪੁੱਛ ਰਹੇ ਸੀ ਕਿ ਤੁਸੀਂ ਉਹਨਾਂ ਨੂੰ ਥਾਂ ਵਾਸਤੇ ਜੋ ਚਿੱਠੀ ਦਿੱਤੀ ਹੈ ਕਿਉਂ ਦਿੱਤੀ ਹੈ ਅਸਲ ਵਿੱਚ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਫੈਸਲਾ ਕੀਤਾ ਸੀ ਕਿ ਆਪਾਂ ਥਾਂ ਬਾਰੇ ਚਿੱਠੀ ਦੇਣੀ ਹੈ ਕਿ ਨਹੀਂ ਉਹਨਾਂ ਨੇ ਇਹ ਗੱਲ ਕਹੀ ਕਿ ਆਪਾਂ ਨੂੰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਦੇਣੀ ਚਾਹੀਦੀ ਹੈ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਉਹਨਾਂ ਦਾ ਨਿੱਜੀ ਫੈਸਲਾ ਤੇ ਮੈਂ ਅੰਮ੍ਰਿਤਸਰ 'ਚ ਰਹਿਣ ਕਰਕੇ ਉਹਨਾਂ ਮੇਰੀ ਡਿਊਟੀ ਲਾਤੀ ਸੀ ਕਿ ਤੁਸੀਂ ਚੱਲ ਜਿਓ ਨਾਲ ਇੱਥੋਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਸਾਥੀ ਉਹਨਾਂ ਦੇ ਜਨਰਲ ਸੈਕਟਰੀ ਭਾਈ ਸਖੀਰਾ ਸਾਹਿਬ ਹਾਤੇ ਹਰਵੀਰ ਸਿੰਘ ਸੰਧੂ ਉਹਨਾਂ ਦੇ ਦਫਤਰ ਸਖਤਰ ਵੀ ਮੇਰੇ ਨਾਲ ਗਏ ਸਨ ਹੋਰ ਵੀ ਜਥੇਬੰਦੀਆਂ ਦੇ ਗਏ ਸਨ ਕਿਉਂਕਿ ਉਹ ਸਾਰਿਆਂ ਨੂੰ ਸਾਂਝੇ ਤੌਰ ਤੇ ਫੈਸਲਾ ਕੀਤਾ ਗਿਆ ਹੈ ਕਿ ਚਿੱਠੀ ਆਪਾਂ ਜ਼ਰੂਰ ਦੇਣੀ ਹੈ ਇਹ ਨਾ ਕਰਨਗੇ ਕੱਲ ਹਿਸਟਰੀ 'ਚ ਸਾਬਤ ਹੋਣਗੇ ਕਿ ਇਹਨਾਂ ਨੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਵਾਸਤੇ ਦਰਵਾਜ਼ੇ ਮੰਤਾਂ ਨੇ ਬੰਦ ਕਰ ਦਿੱਤੇ ਸੀ ਕਿਸੇ ਸਮੇ ਮਸੰਦਾਂ ਨੇ ਬੰਦ ਕੀਤੇ ਸੀ ਇਹ ਵੀ ਗੁਰੂ ਪੰਥ ਨੂੰ ਗੁਰੂ ਚਰਨਾ ਜੀ ਬੈਠ ਕੇ ਪੰਥਕ ਵਿਚਾਰਾ ਕਰਨ ਦਾ ਮੌਕਾ ਨਹੀਂ ਦੇ ਰਹੇ ਇਸ ਲਈ ਚਿੱਠੀ ਦੇਣੀ ਜ਼ਰੂਰੀ ਹੈ ਉਹ ਸਾਰਿਆਂ ਦਾ ਹੁਕਮ ਅਨੁਕਿਆ ਸੀ ਗਏ ਸੀ ਚਿੱਠੀ ਦੇ ਕੇ ਆਏ ਸੀ कोरोना ਨੇ ਨਾ ਕਰ ਦਿੱਤੀ ਹੈ ਉਸ ਤੋਂ ਬਾਅਦ ਜੋ ਸਾਡਾ ਪਹਿਲਾ ਪ੍ਰੋਗਰਾਮ ਬਣਿਆ ਵੀ ਹੋਇਆ ਸੀ ਬਰਾਬਰ ਉਸ ਮੁਤਾਬਕ ਅਸੀਂ ਸੋ ਬਾਬਾ ਨੌ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਚੱਬਾ ਪਿੰਡ ਵਿੱਚ ਜਿਹੜੀ ਖੁੱਲੀ ਥਾਂ ਹੈ ਉਸ ਜਗ੍ਹਾ ਦੇ ਉੱਤੇ ਸਰਵਤ ਖਾਸਾ ਕਰ ਰਿਹਾ ਤਿਆਰੀਆਂ ਚੱਲ ਰਹੀਆਂ ਨੇ ਔਰ ਉੱਥੇ ਸੰਗਤਾਂ ਜਿਹੜੀਆਂ ਨੇ ਉਸ ਸਮਾਗਮ ਗੁਰੂ ਕੇ ਲੰਗਰਾਂ ਵਾਸਤੇ ਸਟੇਜਾਂ ਦਾ ਇਹ ਸਾਰਾ ਸਿਸਟਮ ਜਿਹੜਾ ਉੱਥੇ ਚੱਲੂ ਹੈ